ਤੇਰੇ ਕਿਸੇ ਕਾਰਨ ਕਤਲ ਕਰਨਾ ਪੈ ਜਾਵੇ, ਉਹਦੇ ਲਹੂ ਦਾ ਕਤਰਾ ਕਤਰਾ ਸਾੜ ਦਿਓ, ਜੇ ਨਹੀਂ ਸਾੜੋਗੇ ਉਹਦੇ ਲਹੂ ਦੀ ਬੂੰਦ ਧਰਤੀ ਤੇ ਡਿੱਗੇਗੀ। ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ, ਕੀ ਹਾਲ ਚਾਲ ਆ, ਸਾਰੇ ਠੀਕ ਠਾਕ ਹੋ? ਲਓ ਜੀ, ਬੜੀ ਖੁਸ਼ਖਬਰੀ ਦੀ ਗੱਲ ਆ ਵੀ ਛੋਟੇ ਮੂਸੇਵਾਲੇ ਨੇ, ਸਿੱਧੂ ਮੂਸੇਵਾਲੇ ਨੇ ਵੀ ਦੁਬਾਰਾ ਜਨਮ ਲੈ ਲਿਆ, ਅਤੇ ਬੜੀ ਖੁਸ਼ੀ ਦੀ ਗੱਲ ਆ ਬਈ। ਅਤੇ ਸਾਰੇ ਜਣੇ ਕੋਂਗਰੈਚੁਲੇਸ਼ਨ ਜ਼ਰੂਰ ਕਹਿ ਜਾਓ, ਅਤੇ ਆਪਾਂ ਤਾਂ ਵਧਾਈਆਂ ਦਿੱਤੀਆਂ। ਹੋ ਸਕਦਾ ਵਲੌਗ ਤਾਂ ਕੱਲ੍ਹ ਨੂੰ ਆਊਗਾ, ਅਤੇ ਅੱਜ ਆਪਾਂ ਜਾਣਾ ਸੀ ਚੰਦ ਪੁਰਾਣੇ, ਅਤੇ ਮੈਂ ਖੇਤ ਗਿਆ ਸੀ, ਅਤੇ ਮੋਟਰ 'ਤੇ ਜਦੇ ਹੀ ਪੋਸਟ ਦੇਖੀ ਫਿਰ ਮੈਨੂੰ ਯਕੀਨ ਜਿਹਾ ਨਹੀਂ ਹੋਇਆ, ਮੈਂ ਕਿਹਾ ਹੋ ਸਕਦਾ ਫੇਕ ਨਾ ਹੋਵੇ। ਫਿਰ ਇੱਕ ਨੇ ਪਾਈ, ਦੋ ਨੇ ਪਾਈ, ਫਿਰ ਕਾਫੀ ਜ਼ਿਆਦਾ ਵਾਇਰਲ ਹੋ ਗਈ, ਕਾਫੀ ਖਬਰਾਂ ਚੱਲੀਆਂ, ਅਤੇ ਫਿਰ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਵੀ ਜਿੰਨੇ ਵੀ ਚਾਹੁਣ ਵਾਲੇ ਸੀ ਸਿੱਧੂ ਮੂਸੇਵਾਲੇ ਨੂੰ, ਬਈ ਸਾਰਿਆਂ ਲਈ ਬੜੀ ਖੁਸ਼ਖਬਰੀ ਦੀ ਗੱਲ ਆ ਵੀ ਸਿੱਧੂ ਮੂਸੇਵਾਲੇ ਨੇ ਦੁਬਾਰਾ ਜਨਮ ਲੈ ਲਿਆ। ਫਿਰ ਅੱਬਾ ਸਭ ਨੂੰ ਇੱਦਾਂ ਹੀ ਚਲੋ ਸੁਣੀ, ਜੋ ਇਸ ਦੁਨੀਆ ਤੋਂ ਗਿਆ ਜੇ ਉਹਨੂੰ ਮੋੜਨ ਵਾਲਾ ਤਾਂ ਉਹ ਰੱਬ ਆ। ਅਤੇ ਇੱਦਾਂ ਦੇ ਕਈ ਲੋਕ ਹੋਣਗੇ ਜਿਨ੍ਹਾਂ ਦੇ ਪੁੱਤ ਜਵਾਨੀ ਦੇ ਵਿੱਚ ਗਏ ਆ, ਹਮੇਸ਼ਾ ਕਦੇ ਵੀ ਉਮੀਦ ਨਾ ਛੱਡੋ, ਨਹੀਂ ਤਾਂ ਜਿਵੇਂ ਆਪਾਂ ਕਹਿੰਦੇ ਸੀ ਵੀ ਬਜ਼ੁਰਗ ਆ ਵੀ ਨਹੀਂ ਹੋ ਸਕਦਾ ਬੇਬੀ, ਹੈ ਨਾ, ਅਤੇ ਉਹ ਦੇਣ ਵਾਲਾ ਬਈ ਰੱਬ ਆ। ਰੱਬ ਉਮਰ ਨਹੀਂ ਦੇਖਦਾ, ਲੇਖ ਦੇਖਦਾ, ਬਾਕੀ ਅਪ ਡਾਊਨ ਜ਼ਿੰਦਗੀ ਚੱਲਦੀ ਰਹਿੰਦੀ ਆ। ਕਦੇ ਵੀ ਜ਼ਿੰਦਗੀ ਦੇ ਵਿੱਚ ਆਸ ਨਾ ਛੱਡੋ, ਅਤੇ ਹਮੇਸ਼ਾ ਮਿਹਨਤ ਕਰੋ, ਅਤੇ ਰੱਬ ਫਲ ਜ਼ਰੂਰ ਲਾਉਂਦਾ ਬਈ। ਬੜੀ ਖੁਸ਼ੀ ਦੀ ਗੱਲ ਆ। ਬਾਕੀ ਅੱਜ ਜਾਣਾ ਚੰਦ ਪੁਰਾਣੇ ਮੇਲੇ 'ਤੇ ਆ ਜਾਓ, ਨਾਲੇ ਮੇਲਾ ਵੀ ਦਿਖਾਉਂਦੇ ਹਾਂ, ਅਤੇ ਨਾਲੇ ਅੱਜ ਇਹ ਖੁਸ਼ੀ ਦਾ ਇਜ਼ਹਾਰ ਵੀ ਕਰਦੇ ਰਹਾਂਗੇ ਤੁਹਾਡੇ ਨਾਲ ਵੀਡੀਓ ਦੇ ਵਿੱਚ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ। ਬੜੀ ਖੁਸ਼ੀ ਦੀ ਗੱਲ ਆ ਬਈ ਉਸਤਾਦ ਜੀ। ਲਓ ਜੀ, ਸਾਡੇ ਸਾਰੇ ਇਹਨਾਂ ਨੂੰ ਲੱਗ ਗਿਆ ਪਤਾ, ਅਤੇ ਹਾਂ ਬਈ ਵਧਾਈਆਂ ਸਾਰਿਆਂ ਨੂੰ, ਵਧੀਆ ਹੋ ਗਿਆ ਹੈ ਨਾ। ਚਲੋ ਬਈ, ਸਾਰੀ ਬਈ ਦੁਨੀਆ, ਹਾਂ ਰਾਹ 'ਚ ਵੀ ਮੈਨੂੰ ਉੱਥੇ ਕਈਆਂ ਨੇ ਰੋਕ ਕੇ ਬਈ ਵਧਾਈਆਂ ਦਿੱਤੀਆਂ, ਅਤੇ ਬੜਾ ਹੀ ਬਈ ਸਾਰੇ ਵਰਲਡ ਨੂੰ, ਸਾਰੇ ਸੰਸਾਰ ਨੂੰ ਬੜਾ ਚਾਅ ਚੜਿਆ ਵੀ ਚੱਲ, ਕਿਉਂਕਿ ਉਹਨਾਂ ਦਾ ਕੋਈ ਵੀ ਨਹੀਂ ਬਚਿਆ, ਇੱਕ ਸੀ ਉਹ ਵੀ ਜਹਾਨ ਤੋਂ ਚਲਾ ਗਿਆ, ਬਾਕੀ ਜਿਹੜੇ ਤਾਂ ਨੋਰਮਲ ਹੁੰਦੇ ਆ ਉਹਨਾਂ ਵਾਸਤੇ ਬੜੀ ਹੁੰਦੀ ਹੈ, ਅਤੇ ਬਾਕੀ ਇਹ ਤਾਂ ਬੰਦਾ ਹੀ ਸਾਰੇ ਵਰਲਡ ਫੇਮਸ ਸੀਗਾ, ਅਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਬਈ। ਅਤੇ ਵਾਰ ਵਾਰ ਇਹੀ ਗੱਲ ਕਰਦੇ ਹਾਂ ਵੀ ਬੜੀ ਖੁਸ਼ੀ ਦੀ ਗੱਲ ਆ, ਅਤੇ ਚਲੋ ਆਜੋ ਹੁਣ ਆਪਾਂ ਬਹੁਤੀ ਦੇਰ ਨਹੀਂ ਲਾਉਂਦੇ, ਨਾਲੇ ਚੱਲਦੇ ਹਾਂ ਚੰਦ ਪੁਰਾਣੇ, ਤੁਹਾਨੂੰ ਦਿਖਾਉਂਦੇ ਹਾਂ ਮੇਲਾ। ਚਲੋ ਫਿਰ ਚਲੀਏ। ਮੇਲੇ ਦੇ ਵਿੱਚ, ਅਤੇ ਤੁਹਾਨੂੰ ਅੱਜ ਦਿਖਾਉਂਦੇ ਹਾਂ ਸਾਰਾ ਮੇਲਾ, ਅਤੇ ਟਾਈਮ 11:30 ਹੋ ਗਿਆ, ਅਤੇ ਸੰਗਤ ਬਹੁਤ ਜ਼ਿਆਦਾ ਆ। ਪਿਛਲੇ ਸਾਲ ਨਾਲੋਂ ਘੱਟ ਆ ਥੋੜ੍ਹੀ, ਹੈ ਨਾ, ਪਿਛਲੇ ਸਾਲ ਨਾਲ ਥੋੜ੍ਹੀ ਸੰਗਤ ਘੱਟ ਆ, ਅੱਜ ਸਾਡੇ ਨਾਲ ਵੀ ਸੰਗਤ ਘੱਟ ਹੀ ਸੀਗੀ, ਅਤੇ 10-12 ਜਣੇ ਹੀ ਆ, ਕੋਈ ਜ਼ਿਆਦਾ ਨਹੀਂ ਹੈਗੇ, ਅੱਜ ਕੋਈ ਵੀ ਬੇਲੀ ਸੱਜਣ ਨਹੀਂ ਆਇਆ, ਸਾਰਿਆਂ ਨੂੰ ਕੰਮ ਸੀ, ਅਤੇ ਆ ਜਾਓ ਫਿਰ ਮੱਥਾ ਟੇਕਦੇ ਹਾਂ, ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਦਿਖਾਉਂਦੇ ਹਾਂ ਮੇਲਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹਾਂ ਜੀ। ਸਿੱਖਾਂ ਦੇ ਘਰੇ ਜਨਮ ਲਿਆ ਹੈ ਜਿਹਨੂੰ ਬੇਨਤੀਆਂ ਕਰਦਾ ਹੈ।
ਸਤਿਗੁਰਾਂ ਦਾ ਕੋਟ ਆਨਕੋਟ ਸ਼ੁਕਰਾਨਾ, ਮਹਾਨ ਸ਼ਹੀਦਾਂ ਦਾ ਸੰਤ ਬਾਬਾ ਨਛੱਤਰ ਸਿੰਘ ਦਾ ਕੋਟ ਆਨਕੋਟ ਸ਼ੁਕਰਾਨਾ, ਨਮਸਕਾਰ। ਸਰਦਾਰ ਅਵਤਾਰ ਸਿੰਘ ਜੀ ਦੁੰਨੇ ਕੇ ਉਹ ਵੀ ਹਾਜ਼ਰੀ ਭਰ ਰਹੇ ਹਨ, ਬੜੇ ਪ੍ਰੇਮ ਨਾਲ ਜਿੰਨੇ ਵੀ ਰੰਗਲੇ ਮਹਾਂਪੁਰਖ ਕਿਸੇ ਦਾ ਰਹੇ ਹਨ ਉੱਥੇ ਵੀ ਸਰਕਾਰ ਦੇ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਮਹਾਨ ਕਥਾ ਵਾਚਕ ਨੇ, ਉਹਨਾਂ ਨੇ ਵੀ ਤੁਹਾਡੇ ਦਰਮਿਆਨ ਪਹੁੰਚ ਜਾਣਾ ਇੱਕ ਵਜੇ ਉਹਨਾਂ ਦਾ ਸਮਾਂ। ਆਪਾਂ ਪ੍ਰਸੰਗ ਸਮੇਂ ਗੁਰ ਇਤਿਹਾਸ ਉੱਥੇ ਬਾਬਾ ਤੇਰੇ ਗੱਲ ਪੰਜੇ ਲਾਉਣੇ ਆਪਾਂ ਲਾਉਣਾ ਇੱਕ ਤਾਂ ਚਾਰ ਮਾਰ ਦੋ ਲੱਗ ਗਏ, ਦੋ ਤਿੰਨ ਹੋਰ ਨੇੜੇ ਨੀ ਜਾਂਦੇ, ਨੇੜੇ ਆ, ਦੂਰ ਹੋ, ਦੂਰ ਹੋ, ਦੂਰ ਹੋ ਜਾ। ਰਾਤ ਰੇ ਬਲਬਲੇ ਤੇ ਵਿਖਾਉਣਾ ਕਿ ਨਹੀਂ? ਹਾਂ ਹਾਂ, ਹੋਰ ਇੱਕ ਲਾਉਣਾ ਇੱਕ ਤੂੰ ਜੇ ਟਰਾਈ ਕਰਨ ਲੱਗਾ ਦੇਖਦੇ ਆ ਲੱਗਦਾ ਕਿ ਨਹੀਂ, ਮੇਰਾ ਇੱਕ ਮਿਸ ਗਿਆ, ਤਿੰਨ ਲਾ ਦੇ ਆਪਾਂ। ਚੱਲ ਬਈ ਲੱਗਣਾ ਚਾਹੀਦਾ ਹੁਣ, ਮੁਸ਼ਕਲ ਹੈ ਆਪਣੇ ਤੇਰਾ।
ਕਿਸੇ ਕਾਰਨ ਕਤਲ ਕਰਨਾ ਪੈ ਜਾਵੇ ਉਹਦੇ ਲਹੂ ਦਾ ਕਤਰਾ ਕਤਰਾ ਸਾੜ ਦਿਓ। ਜੇ ਨਹੀਂ ਸਾੜੋਗੇ ਉਹਦੇ ਲਹੂ ਦੀ ਬੂੰਦ ਧਰਤੀ ਤੇ ਡਿੱਗੇਗੀ, ਉਸ ਬੂੰਦ ਚੋਂ ਰੂਹਾਂ ਪੈਦਾ ਹੋਣਗੀਆਂ ਔਰ ਉਹ ਕਤਲ ਕਰਨ ਵਾਲੇ ਨੂੰ ਮਿਟਾ ਦੇਣਗੀਆਂ। ਇੱਥੇ ਰੰਚਕ ਮਾਤਰ ਸੇਕ ਲੱਗੇ ਤੇ ਬੰਦਾ ਪ੍ਰਣਾਮ ਹੁੰਦਾ। ਅੱਧੀ ਗਲੀ ਤੇ ਬੈਠੇ ਕਹਿ ਰਹੇ ਸਨ ਤੇਰਾ ਕੀਆ ਮਿੱਠਾ ਲੱਗਦਾ, ਪ੍ਰਣਾਮ ਦਾ ਸਮਾਨ ਮੰਗਿਆ। ਪਿੰਡ ਨੂੰ ਚੱਲ ਲਿਆ ਸੀ, ਹੁਣ ਆਉਂਦੀ ਸਾਨੂੰ ਨੀਂਦ। ਇੱਧਰ ਬੰਦੇ ਅੱਧੇ ਸਾਡੇ ਪੈ ਗਏ, ਅਜੇ ਵੈਸੇ ਬਸ ਕਾਫੀ ਖੜੀਆਂ ਸਵਾਰੀਆਂ, ਬਾਕੀ ਇੱਧਰ ਬੰਦੇ ਡਿੱਗ ਪਏ, ਬੰਦੇ ਸੌਂ ਗਏ, ਕਈ ਬੰਦੇ ਸੌਂ ਗਏ। ਚਲੋ ਮਿਲਦੇ ਆ, ਲਵ ਯੂ, ਚਲੋ ਜੀ ਬਾਏ ਬਾਏ। ਕਿਹਨੂੰ ਕਰਦਾ, ਕਿਹਨੂੰ ਕਰਦਾ।